ਵਿਚ ਨਜ਼ਰ ਆਈ ਨਹੀਂ ਮੀਟਿੰਗ ਭਰਾਓ ਬੇ ਸਿੱਟਾ ਰਹੀ ਆ ਆਪਾਂ ਪਹਿਲੋਂ ਮੀਟਿੰਗਾਂ ਤੋਂ ਕਹਿੰਦੇ ਰਹੇ ਵੀ ਮੀਟਿੰਗਾਂ ਦਾ ਕੋਈ ਰਿਜ਼ਲਟ ਨਿਕਲਣਾ ਨਹੀਂ ਹੈਗਾ ਮੈਂ ਤੁਹਾਨੂੰ ਮੀਟਿੰਗਾਂ ਦੇ ਵੀਰ ਵੀ ਦੱਸਦਾ ਵੀ ਮੰਤਰੀ ਸਾਹਿਬ ਪਹਿਲੋਂ ਪੌਣਾ ਕਈ ਢਾਕ ਘੰਟਾ ਲੇਟ ਆਏ ਤੇ ਆਉਣ ਤੋਂ ਬਾਅਦ ਇਹ ਉਹਨਾਂ ਨੇ ਦਲੀਲਾਂ ਦਿੱਤੀਆਂ ਵਾ ਵੀ ਤੁਸੀਂ ਕਲੋਜ਼ ਬਾਈ ਕਲੋਜ਼ ਕਲੋਜ਼ ਬਾਈ ਕਲੋਜ਼ ਜਿਹੜੇ ਬਿੱਲ ਨੇ ਉਹਨਾਂ ਤੇ ਡਿਸਕਸ ਕਰ ਲਓ ਸਾਡੇ ਨਾਲ ਇਹ ਪ੍ਰੋਸੈਸ ਪਹਿਲੋਂ ਹੋ ਚੁੱਕਾ ਵਾ ਹਰ ਕਿਸਮ ਦੀ ਲਾਈਨ ਟੂ ਲਾਈਨ ਅੱਖਰ ਤੋਂ ਅੱਖਰ ਡਿਸਕਸ ਹੋ ਚੁੱਕੀ ਆ ਅਖਲਾਕੀ ਤੌਰ ਤੇ ਭਾਰਤ ਸਰਕਾਰ ਮੀਟਿੰਗਾਂ ਵਿੱਚ ਹਾਰ ਚੁੱਕੀ ਆ ਉਹਨਾਂ ਨੇ ਇਹ ਦਾਅਵੇ ਕੀਤੇ ਆ ਤੋਮਰ ਜੀ ਦੇ ਦਾਅਵੇ ਸੀ ਵੀ ਅਸੀਂ ਖੇਤੀ ਦੇ ਕਾਨੂੰਨ ਵਾਪਸ ਨਹੀਂ ਲੈ ਸਕਦੇ ਉਹਨਾਂ ਦੇ ਦਾਅਵੇ ਸੀ ਵੀ ਦੇਸ਼ ਦੇ ਜ਼ਿਆਦਾ ਕਿਸਾਨ ਸਾਡੇ ਨਾਲ ਸਹਿਮਤ ਆ ਇਸ ਕਰਕੇ ਦੂਜੇ ਇਹ ਵੀ ਦਾਅਵੇ ਕੀਤੇ ਵੀ ਇਹ ਲੋਕ ਸਭਾ ਚ ਰਾਜ ਸਭਾ ਚ ਪਾਸ ਹੋ ਗਏ ਰਾਸ਼ਟਰਪਤੀ ਜੀ ਨੇ ਸਹਿਨ ਲਾਤੇ ਆ ਤੁਸੀਂ ਰੱਦ ਕਰਾਉਣੇ ਆ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਓ ਤੁਸੀਂ ਆਪ ਦੀ ਪੱਖ ਰੱਖ ਲੋ ਅਸੀਂ ਆਪ ਦਾ ਪੱਖ ਰੱਖ ਲੈਨੇ ਆ ਤੇ ਜੋ ਅਦਾਲਤ ਨਿਰਣੇ ਦਊਗੀ ਇਹ ਗੱਲ ਸਾਰੀਆਂ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਆ ਸੋ ਮੀਟਿੰਗ ਵਿੱਚ ਇਹ ਸਾਰੀਆਂ ਜਥੇਬੰਦੀਆਂ ਨੇ ਸਮੂਤਲੀ ਰੱਖਿਆ ਵੀ ਤੁਸੀਂ ਪਹਿਲ ਤੋਂ ਮੰਨੇ ਸੀ ਵੀ ਖੇਤੀ ਦੇ ਕਾਨੂੰਨ ਵਾਪਸ ਲੈਣ ਵਾਲੇ ਮੁੱਦੇ ਤੇ ਚਰਚਾ ਹੋਊਗੀ ਜਿੱਥੇ ਸਰਕਾਰ ਪਿੱਛੇ ਗਈ ਆ ਉੱਤੇ ਚਰਚਾ ਕਰੋ ਨਵਾਂ ਜਿਹੜਾ ਕਾਨੂੰਨ ਲੈ ਕੇ ਆਉਣਾ ਵਾ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਉੱਤੇ ਚਰਚਾ ਕਰੋ ਪਰ ਅੜੀ ਰਹੀ ਸਰਕਾਰ ਸਾਫ ਸਾਫ ਜਵਾਬ ਦੇ ਦਿੱਤਾ ਗਿਆ ਕਿ ਅਸੀਂ ਖੇਤੀ ਦੇ ਕਾਨੂੰਨ ਵਾਪਸ ਨਹੀਂ ਲੈ ਸਕਦੇ ਇਹ ਤੋਂ ਗਾਹਾਂ ਭਰਾਓ ਹੁਣ ਜਿਹੜਾ ਗੱਲ ਬਾਹਰ ਆ ਕੇ ਤੋਮਰ ਜੀ ਨੇ ਦੱਸੀ ਆ ਵੀ ਵੇਖੋ ਅੱਧਾ ਮਸਲਾ ਹੱਲ ਹੋ ਗਿਆ ਕਿਹੜਾ ਮਸਲਾ ਹੱਲ ਹੋ ਗਿਆ ਇਹ ਵੀ ਗਲਤ ਬਿਆਨਬਾਜ਼ੀ ਆ ਤੁਸੀਂ ਅਜੇ ਤੱਕ ਬਿਜਲੀ ਸੋਧ ਬਿੱਲ ਤੇ ਪ੍ਰਦੂਸ਼ਣ ਵਾਲੇ ਐਕਟ ਤੇ ਲੀਗਲ ਕੀ ਪ੍ਰੋਵੀਜ਼ਨ ਐ ਤੁਹਾਡੇ ਕੋਲ ਹੈ ਹੀ ਕੁਛ ਨਹੀਂ ਜ਼ੁਬਾਨੀ ਕਲਾਮੀ ਗੱਲਾਂ ਕੀਤੀਆਂ ਦੱਸੋ ਉਹਨੂੰ ਅੱਧਾ ਮਸਲਾ ਹੱਲ ਕਿਵੇਂ ਕੀਤਾ ਜਾ ਸਕਦਾ ਆਪ ਹੀ ਪਹਿਲੋਂ ਸਵੇਰੇ ਬਾਬਾ ਜੀ ਦੀ ਜਿਹੜੀ ਗੱਲ ਆ ਰੰਦ ਕਰ ਦਿੱਤੀ ਵੀ ਅਸੀਂ ਤਾਂ ਕੋਈ ਤਜਵੀਜ਼ ਦਿੱਤੀ ਨਹੀਂ ਫਿਰ ਜ਼ਿਕਰ ਕਰ ਲਿਆ ਗਿਆ ਸੋ ਇਸ ਕਰਕੇ ਮੀਟਿੰਗ ਫੇਰ ਰੱਖ ਲਈ ਗਈ 15 ਦੀ ਹੋਰ ਇਹਦਾ ਕੁਛ ਨਹੀਂ ਹੈਗਾ ਇਸ ਕਰਕੇ ਸਾਫ਼-ਸਾਫ਼ ਮੰਤਰੀਆਂ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਵੀ ਅਸੀਂ ਖੇਤੀ ਦੇ ਕਰੂਣ ਵਾਪਸ ਨਹੀਂ ਲੈ ਸਕਦੇ ਮਾਗਿਆਂ 15 ਵਾਲੀ ਮੀਟਿੰਗ 'ਚ ਵੀ ਕੋਈ ਰਿਜ਼ਲਟ ਨਹੀਂ ਨਿਕਲਣਾ ਹੈਗਾ ਸਿਰਫ ਇਹ ਮੀਟਿੰਗਾਂ ਇੱਕ ਕਿਸਮ ਦਾ ਮੀਡੀਆ ਇਵੈਂਟ ਹੋ ਕੇ ਨਿਭੜ ਰਹੀਆਂ ਵਾਂ ਭਾਵੇਂ ਕਿ ਕਿਉਂਕਿ ਅਸੀਂ ਇਸ ਕਰਕੇ ਮੀਟਿੰਗਾਂ ਚਲੇ ਜਾਂਦੇ ਆ ਸਾਰੇ ਜਾਣ ਕੇ ਤਾਂ ਅਸੀਂ ਵੀ ਜਾਣਾ ਵਾਂ ਪਰ ਭਾਵੇਂ ਇਹ ਸਰਕਾਰ ਕਿਸੇ ਪਰਸੇ ਲੱਗਣ ਨੂੰ ਤਿਆਰ ਨਹੀਂ ਹੈਗੀ ਉਹ ਇਸ ਅੰਦੋਲਨ ਨੂੰ ਬਦਨਾਮ ਕਰਕੇ ਜਾਂ ਉਹਨਾਂ ਨੂੰ ਹੁਣ ਲੱਗਦਾ ਵੀ ਅਸੀਂ ਨਾਇ ਨਿਆਇਪਾਲ ਕੀ ਦਾ ਦੁਰਪਯੋਗ ਕਰਕੇ ਇਹਨਾਂ ਨੂੰ ਠਾਲਣ ਵਿੱਚ ਕਾਮਯਾਬ ਹੋ ਜਾਾਂਗੇ ਸੋ ਭਰਾਓ ਤੁਹਾਡੇ ਸਿਰ ਤੇ ਆ ਸਾਰਾ ਕੁਝ ਮੈਂ ਤੁਹਾਨੂੰ ਬੇਨਤੀ ਕਰਦਾ ਮੀਟਿੰਗਾਂ ਦੋ ਹੋ ਜਾਣ ਚਾਰ ਹੋ ਜਾਣ ਇਹ ਕੋਈ ਤਣ ਪੱਤਣ ਲੱਗਣ ਵਾਲੀ ਗੱਲ ਨਹੀਂ ਹੈਗੀ ਸੋ ਮੇਰੀ ਬੇਨਤੀ ਆ ਭਰਾਓ ਐਰ ਕੀ ਮੀਟਿੰਗ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਵੀ ਅਸੀਂ 26 ਤਰੀਕ ਦੀ ਪ੍ਰੇਟ ਪੂਰੇ ਜੋਰ ਨਾ ਕਰਾਂਗੇ ਸਾਡਾ ਹੱਕ ਆ ਤੁਸੀਂ ਭਾਈ ਜੋ ਜ਼ਬਰ ਟਾਉਣਾ ਹੋ ਟਾ ਲਿਓ ਸੋ ਮੈਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੰਜਾਬ ਦੇ ਸਾਬਕਾ ਫੌਜੀਆ ਨੂੰ ਇਹ ਤੋਂ ਕਹਾਂ ਪੂਰੇ ਦੇਸ਼ ਦੇ ਹਰਿਆਣੇ ਦੇ ਸਾਬਕਾ ਫੌਜੀਆ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਵੀ ਭਰਾਓ ਇਹ ਜਿਹੜੀ ਪ੍ਰੇਰ ਤਿਆਰ ਕੀ 26 ਜਨਵਰੀ ਨੂੰ ਹੋਣੀ ਆ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰੇਰ ਸਾਬਤ ਕਰ ਦਿਓ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਚੋਲੀ ਅਟਕੇ ਬੇਨਤੀ ਕਰਦਾ ਵੀ ਹੁਣ ਤੁਹਾਡੇ ਤੋਂ ਆਸਾਂ ਨੇ ਪੰਜਾਬ ਦੇ ਕਿਸਾਨਾਂ ਕੁਵਾਸਾਂ ਨੇ ਅਸੀਂ ਕਦੇ ਵੀ ਘਬਰਾਉਂਦੇ ਨਹੀਂ ਹੌਸਲਾ ਨਹੀਂ ਛੱਡਦੇ ਹੈਗੇ ਤੁਹਾਡੇ ਸਿਰ ਤੇ ਤੁਸੀਂ ਲੱਖਾਂ ਟਰੈਕਟਰ ਲੈ ਕੇ ਨਿਕਲੋ ਪੰਜਾਬ ਦੇ ਵਿੱਚ ਲੱਖਾਂ ਟਰੈਕਟਰ ਨੇ ਕੋਈ ਟਰੈਕਟਰ ਟਰਾਲੀ ਰਵੇ ਨਾ ਜਿਹਦੇ ਵਿੱਚ ਲੋਕ ਜਾ ਕੇ ਉਹ 26 ਦੀ ਪਰੇਟ ਵਿੱਚ ਸ਼ਾਮਿਲ ਨਾ ਹੋਣ ਇਹ ਦੁਨੀਆ ਦਾ ਇੱਕ ਅਨੋਖਾ ਤੇ ਦੁਨੀਆ ਦਾ ਸਭ ਤੋਂ ਵੱਡਾ 26 ਜਨਵਰੀ ਦਾ ਐਕਸ਼ਨ ਹੋਣਾ ਚਾਹੀਦਾ ਅਸੀਂ ਖੁੱਦ ਪੰਜਾਬ ਵਿੱਚ ਆ ਕੇ ਤਿਆਰੀਆਂ ਕਰ ਰਹੇ ਹਾਂ ਸੋ ਇਸ ਕਰਕੇ ਜਿੱਡਾ ਵੱਡਾ ਤੁਸੀਂ ਪ੍ਰੋਗਰਾਮ ਕਰੋਗੇ ਉਹਨਾ ਹੀ ਪ੍ਰੈਸ਼ਰ ਪਾਵਾਂਗੇ ਇਹ ਇੱਕ ਨੈਸ਼ਨਲ ਨਿਯਮਿਤਆ ਗਨਰਾਜ ਦੇ ਅਦਾਵਾਸੀਂ ਮਨਾਵਾਂਗੇ ਪੂਰੀਆਂ ਦੁਨੀਆ ਦੀਆਂ ਨਿਗਾਹਾਂ ਇਹਦੇ ਤੇ ਹੁਣੀਆਂ ਵਾ ਸਭਾਰ ਸਰਕਾਰ ਦੀ ਪਹਿਲੋ ਕੂਟਨੀਤਕ ਹਾਰ ਹੋਈ ਆ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਇਹ ਸਮਾਗਮ ਵਿੱਚ ਨਹੀਂ ਆ ਰਹੇ ਪਿੱਥੇ ਜਵਾਨ ਪ੍ਰੇਟ ਕਰਨਗੇ ਉੱਥੇ ਕਿਸਾਨ ਵੀ ਪ੍ਰੇਟ ਕਰਨਗੇ ਸੋ ਇਸ ਕਰਕੇ 12 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਦਾ ਜਥਾ ਚੱਲ ਰਿਹਾ ਤਗੜੇ ਹੋ ਕੇ ਉਹਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਵੱਡਾ ਜਥਾ ਕਰਕੇ ਸਾਡੇ ਨਾਲ ਆਓ ਹਜ਼ਾਰਾਂ ਟਰੈਕਟਰ ਟਰਾਲੀਆਂ ਲਾ ਕੇ 26 ਦੀ ਪਲੇਟ ਨੂੰ ਤੁਰਿਏ ਦੂਜਾ ਪੰਜਵਾਂ ਜਥਾ ਸਾਡਾ ਇਹ ਤਰਨਤਨ ਤੋਂ ਵੀ ਜਰਮੀ ਨੂੰ ਸ਼ੁਰੂ ਹੋਊਗਾ ਬਾਕੀ ਰਹਿੰਦੇ ਉਹਦੇ ਨਾਲ ਚੱਲੀਏ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬੀਆਂ ਨੂੰ ਦੇਸ਼ਵਾਦੀਆਂ ਨੂੰ ਬੇਨਤੀ ਆ ਵੀ ਤਗੜੇ ਹੋ ਕੇ 26 ਜਨਵਰੀ ਦੀ ਤਿਆਰ ਕਰੋ ਮੀਟ ਗਾਂ ਦਾ ਸੱਟਾ ਅੱਗੇ ਵੀ ਨਹੀਂ ਨਿਕਲਣਾ ਹੁਣ ਸਾਨੂੰ ਅੰਦੋਲਨ ਆਪਣੇ ਨੂੰ ਤੇਜ਼ ਕਰਨਾ ਚਾਹੀਦਾ ਤੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ 26 ਜਨਵਰੀ ਨੂੰ ਕਰਕੇ ਭਾਰਤ ਸਰਕਾਰ ਦੀਆਂ ਜੜਾ ਹਲਾ ਦੀਏ